ਮਨਪ੍ਰੀਤ ਜੀ, ਹੁਣ ਪਪਲਪ੍ਰੀਤ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਜੀ। ਬਿਲਕੁਲ, ਦੇਖੋ ਤੁਸੀਂ ਵਾਸੂ ਜੀ, ਇਸ ਦਾ ਜਿਹੜਾ ਅੰਦਾਜ਼ਾ ਤਾਂ ਪਹਿਲਾਂ ਤੋਂ ਸੀ, ਕਿਉਂਕਿ 10 ਅਪ੍ਰੈਲ ਨੂੰ ਜਦੋਂ ਗ੍ਰਿਫਤਾਰ ਕੀਤਾ ਸੀ ਪਪਲਪ੍ਰੀਤ ਸਿੰਘ ਨੂੰ ਕੱਥੂ ਨੰਗਲ ਤੋਂ, ਅੰਮ੍ਰਿਤਸਰ ਦੇ ਇਲਾਕੇ ਤੋਂ, ਉਸ ਤੋਂ ਬਾਅਦ ਲਗਾਤਾਰ ਕਿਆਫਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਕੀ ਇਹਨਾਂ ਤੇ ਵੀ ਨੈਸ਼ਨਲ ਸਿਕਿਉਰਿਟੀ ਐਕਟ ਲਗਾਇਆ ਜਾਏਗਾ। ਆਖਿਰਕਾਰ ਐਨਐਸਏ ਦੇ ਅਧੀਨ ਡਿਟੇਨ ਕਰ ਲਿਆ ਗਿਆ ਪਪਲਪ੍ਰੀਤ ਸਿੰਘ ਨੂੰ। ਔਰ ਕੱਲ ਬੀਤੇ ਕੱਲ ਮੈਂ 11 ਅਪ੍ਰੈਲ ਦੀ ਗੱਲ ਕਰ ਰਿਹਾ, ਅੰਮ੍ਰਿਤਸਰ ਦੇ ਏਅਰਪੋਰਟ ਤੋਂ ਇਹਨਾਂ ਨੂੰ ਅਸਾਮ ਭੇਜ ਦਿੱਤਾ ਗਿਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ। 9ਵੇਂ ਵਿਅਕਤੀ ਨੇ ਇਹ ਵਾਸੂ ਜੀ ਜਿਨ੍ਹਾਂ ਨੂੰ ਉੱਥੇ ਅਸਾਮ ਭੇਜਿਆ ਗਿਆ। ਇਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਦੱਸਦਾ, ਵਰਿੰਦਰ ਸਿੰਘ ਫੌਜੀ ਜਿਨ੍ਹਾਂ ਨੇ ਜੰਮੂ ਕਸ਼ਮੀਰ ਤੋਂ ਆਪਣਾ ਗਨ ਦਾ ਲਾਇਸੈਂਸ ਬਣਾਇਆ ਸੀ ਉਹਨਾਂ ਨੂੰ, ਇਸੇ ਤਰ੍ਹਾਂ ਬਸੰਤ ਸਿੰਘ ਆ, ਦਲਜੀਤ ਸਿੰਘ ਕਲਸੀ ਆ, ਭਗਵੰਤ ਸਿੰਘ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਕਿਹਾ ਜਾਂਦਾ ਉਹਨਾਂ ਨੂੰ, ਇਸੇ ਤਰ੍ਹਾਂ ਕੁਲਵੰਤ ਸਿੰਘ ਧਾਲੀਵਾਲ ਆ, ਗੁਰਿੰਦਰਪਾਲ ਸਿੰਘ ਆ ਤੇ ਹਰਜੀਤ ਸਿੰਘ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਮੈਂ ਚਾਚਾ ਉਹਨਾਂ ਦਾ, ਔਰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੀਡੀਓ ਵੀ ਵਾਇਰਲ ਹੋਏ ਸੀ, ਉਹਨਾਂ ਨੂੰ ਵੀ ਭੇਜ ਦਿੱਤਾ ਗਿਆ। ਸੋ 9ਵੇਂ ਵਿਅਕਤੀ ਨੇ ਪਪਲਪ੍ਰੀਤ ਸਿੰਘ। ਇੱਕ ਚੀਜ਼ ਮੈਂ ਇਹ ਚ ਦੱਸਦਾ ਕਿ ਨੈਸ਼ਨਲ ਸਿਕਿਉਰਿਟੀ ਐਕਟ ਦੇ ਅਧੀਨ ਜਿਸ ਨੂੰ ਡਿਟੇਨ ਕੀਤਾ ਜਾਂਦਾ ਜਾਂ ਜਿਸ ਨੂੰ ਫੜ ਲਿਆ ਜਾਂਦਾ, ਇਹ ਕਾਨੂੰਨ ਇੰਨਾ ਕੁ ਸਖਤ ਆ, ਉਸ ਅਧੀਨ ਉਸ ਵਿਅਕਤੀ ਦੇ ਖਿਲਾਫ 1 ਸਾਲ ਤੱਕ ਕੋਈ ਚਾਰਜਸ਼ੀਟ ਸਿਕਿਉਰਿਟੀ ਏਜੰਸੀ ਨੇ ਜਾਂ ਪੁਲਿਸ ਨੇ ਫਾਈਲ ਨਹੀਂ ਕਰਨੀ ਹੁੰਦੀ। ਇਹ ਇਸੇ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਆ, ਇਸੇ ਵਿੱਚ ਇਹ ਪ੍ਰਾਵਧਾਨ ਆ। ਹੁਣ ਤੁਸੀਂ ਦੇਖੋ ਕਿ ਇਹਦੇ ਨਾਲ ਪੁਲਿਸ ਨੂੰ ਕਿੰਨੀ ਤਾਕਤ ਮਿਲ ਜਾਂਦੀ ਹੈ। ਅਮੂਮਨ ਜਿਹੜੀਆਂ ਆਈਪੀਸੀ ਦੀਆਂ ਧਾਰਾਵਾਂ ਹੁੰਦੀਆਂ ਉਹਨਾਂ ਦੇ ਵਿੱਚ ਜਾਂ 60 ਦਿਨਾਂ ਦੇ ਅੰਦਰ ਜਾਂ 90 ਦਿਨਾਂ ਦੇ ਅੰਦਰ ਚਲਾਨ ਪੇਸ਼ ਕਰਨਾ ਹੁੰਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ 2 ਗੱਲਾਂ ਇਹ ਚ ਹੋਰ ਇੰਪੋਰਟੈਂਟ ਆ। ਇੱਕ ਤਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਟੀਮ ਨਿਯੁਕਤ ਕੀਤੀ ਗਈ ਸੀ ਲਾਇਰਸ ਦੀ ਜਾਂ ਜਿਹੜੇ ਵਕੀਲਾਂ ਦੀ, ਉਹ ਟੀਮ ਗਈ ਆ, ਉਹ ਸੀਨੀਅਰ ਐਡਵੋਕੇਟ ਨੇ ਭਗਵੰਤ ਸਿੰਘ ਸਿਆਲਕਾ, ਉਹਨਾਂ ਦੀ ਅਗਵਾਈ ਦੇ ਵਿੱਚ ਜਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਾ ਕੇ ਸਾਰਿਆਂ ਨੂੰ ਮਿਲ ਕੇ ਆਈ ਆ। ਇਹ ਦੇਖ ਕੇ ਆਈ ਆ ਕਿ ਕਾਨੂੰਨ ਦੇ ਹਿਸਾਬ ਦੇ ਨਾਲ ਇਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਡਿਟੇਨ ਕੀਤਾ, ਕੀ ਉਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ, ਕੀ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਆ ਉਹਨਾਂ ਦਾ ਖਿਆਲ ਰੱਖਿਆ ਜਾ ਰਿਹਾ। ਦੂਸਰੇ ਪਾਸੇ ਤੁਸੀਂ ਇੱਕ ਚੀਜ਼ ਹੋਰ ਦੇਖੋ, ਇਹ ਟੀਮ ਵੈਸੇ ਹੁਣ ਵਾਪਸ ਵੀ ਆ ਗਈ ਆ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਅਪੀਲ ਕੀਤੀ ਸੀ ਕੇਂਦਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਵੀ ਕਿ ਇਹਨਾਂ ਸਾਰੇ ਵਿਅਕਤੀਆਂ ਨੂੰ ਵਾਪਸ ਪੰਜਾਬ ਲੈ ਕੇ ਆਂਦਾ ਜਾਵੇ, ਜੋ ਵੀ ਕਾਨੂੰਨ ਆ ਇੱਥੋਂ ਦਾ ਉਸ ਹਿਸਾਬ ਦੇ ਨਾਲ ਇਹਨਾਂ ਤੇ ਕਾਰਵਾਈ ਹੋਵੇ, ਲੇਕਿਨ ਉੱਥੇ ਨਾ ਰੱਖਿਆ ਜਾਵੇ। ਖੈਰ, ਇਸ ਅਪੀਲ ਦਾ ਕੇਂਦਰ ਤੇ ਜਾਂ ਪੰਜਾਬ ਸਰਕਾਰ ਤੇ ਕਿੰਨਾ ਕਸਰ ਹੁੰਦਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ, ਪਰ ਹੁਣ ਜਿਹੜਾ ਮਾਮਲਾ ਹੋਰ ਅੱਗੇ ਵੱਧ ਗਿਆ। ਜੀ ਵਾਸੂ ਜੀ। ਮਨਪ੍ਰੀਤ ਜੀ, ਦਲਜੀਤ ਸਿੰਘ ਕਲਸੀ ਇੱਕ ਹੋਰ ਸਾਥੀ ਨੇ ਅੰਮ੍ਰਿਤਪਾਲ ਸਿੰਘ ਦੇ, ਤੇ ਇਹਨਾਂ ਨੂੰ ਵੀ ਐਨਐਸਏ ਦੇ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਸੀ, ਤੇ ਇਹਨਾਂ ਦੀ ਗ੍ਰਿਫਤਾਰੀ ਦੇ ਸੰਬੰਧ ਵਿੱਚ ਹੁਣ ਸੂਬਾ ਸਰਕਾਰ ਨੇ ਹਾਈਕੋਰਟ ਦੇ ਵਿੱਚ ਆਪਣਾ ਜਵਾਬ ਦਰਜ ਕਰਵਾਇਆ ਜੀ। ਹਾਂ ਬਿਲਕੁਲ, ਸਰਬਜੀਤ ਸਿੰਘ ਵੀ ਕਿਹਾ ਜਾਂਦਾ ਇਹਨਾਂ ਨੂੰ, ਉਰਫ ਦਲਜੀਤ ਸਿੰਘ ਕਲਸੀ, ਬੜੇ ਖਾਸ ਇਹਨਾਂ ਦੇ ਨਜ਼ਦੀਕੀ ਰਹੇ ਨੇ ਅੰਮ੍ਰਿਤਪਾਲ ਸਿੰਘ ਦੇ। ਇਹਨਾਂ ਦੇ ਹੱਕ ਦੇ ਵਿੱਚ ਕੁਝ ਪਟੀਸ਼ਨ ਦਾਇਰ ਕੀਤੀਆਂ ਗਈਆਂ ਸੀ ਇਹਨਾਂ ਦੇ ਪਰਿਵਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ। ਪਟੀਸ਼ਨ ਦੇ ਵਿੱਚ, ਉਹਨਾਂ ਅਰਜ਼ੀਆਂ ਦੇ ਵਿੱਚ ਇਹ ਕਿਹਾ ਗਿਆ ਸੀ ਵਾਸੂ ਜੀ ਕਿ ਦਲਜੀਤ ਸਿੰਘ ਕਲਸੀ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਪੰਜਾਬ ਪੁਲਿਸ ਫੜ ਕੇ ਲੈ ਗਈ ਆ ਤੇ ਉਹਨੂੰ ਪੇਸ਼ ਕੀਤਾ ਜਾਵੇ, ਛੱਡਿਆ ਜਾਵੇ। ਪੰਜਾਬ ਸਰਕਾਰ ਨੇ ਹੁਣ ਐਫੀਡੈਵਿਟ ਫਾਈਲ ਕੀਤਾ, ਉੱਥੇ ਜਾ ਕੇ ਇਹ ਦਾਅਵਾ ਕੀਤਾ ਜਸਟਿਸ ਐਨਐਸ ਸ਼ੇਖਾਵਤ ਦੀ ਕੋਰਟ ਦੇ ਵਿੱਚ ਕਿ ਨਹੀਂ, ਅਸੀਂ ਇਹਨਾਂ ਨੂੰ ਐਨਐਸਏ ਦੇ ਯਾਨੀ ਕਿ ਨੈਸ਼ਨਲ ਸਿਕਿਉਰਿਟੀ ਦੇ ਅਧੀਨ ਹੀ ਗ੍ਰਿਫਤਾਰ ਕੀਤਾ, ਡਿਟੇਨ ਕੀਤਾ ਗਿਆ। ਸੋ ਕੁਛ ਵੀ ਇਹਦੇ ਵਿੱਚ ਗੈਰ ਕਾਨੂੰਨੀ ਨਹੀਂ ਆ। ਸੋ ਇਹ ਜਿਹੜਾ ਦਾਅਵਾ ਸੀ ਕੁਛ ਪਰਿਵਾਰਾਂ ਵੱਲੋਂ ਜਾਂ ਕੁਛ ਅਰਜ਼ੀਆਂ ਦੇ ਵਿੱਚ ਕੀਤਾ ਜਾ ਰਿਹਾ ਸੀ ਕਿ ਇਹਨਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਫੜਿਆ ਜਾ ਰਿਹਾ, ਉਹ ਲਗਭਗ ਹੁਣ ਬਿਲਕੁਲ ਖਾਰਜ ਹੋ ਗਿਆ। ਖੈਰ, ਕੋਰਟ ਨੇ ਇਹ ਵੀ ਮੰਨਿਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਹੋਰ ਇਸ ਤਰ੍ਹਾਂ ਦੀ ਅਰਜ਼ੀ ਆਉਂਦੀ ਆ, ਅਸੀਂ ਉਸ ਤੇ ਸੁਣਵਾਈ ਕਰਨ ਲਈ ਵੀ ਤਿਆਰ ਆ। ਜੀ ਵਾਸੂ ਜੀ। ਮਨਪ੍ਰੀਤ ਜੀ, ਅਸੀਂ ਕੱਲ੍ਹ ਗੱਲ ਕਰ ਰਹੇ ਸੀ ਕਿ ਜਲੰਧਰ ਦੀ ਜਿਹੜੀ ਜ਼ਿਮਨੀ ਚੋਣ ਆ ਉਹਦੇ ਵਾਸਤੇ ਵੱਖੋ ਵੱਖਰੀਆਂ ਪਾਰਟੀਆਂ ਨੂੰ ਉਮੀਦਵਾਰ ਹੀ ਨਹੀਂ ਲੱਭ ਰਹੇ, ਪਰ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਤਾ। ਬਿਲਕੁਲ, ਪਰ ਤੁਸੀਂ ਵਾਸੂ ਜੀ ਇੱਕ ਚੀਜ਼ ਦੇਖੋ, ਉਮੀਦਵਾਰ ਲੱਭ ਕਿਹੜੇ ਰਹੇ ਨੇ? 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਜਿਸ ਨੂੰ ਆਪਣੇ ਇਤਿਹਾਸ ਤੇ ਬਹੁਤ ਮਾਣ ਆ, ਪਰ ਉਮੀਦਵਾਰ ਹਜੇ ਵੀ ਕਿਹਨੂੰ ਲੱਭਿਆ? ਜਿਹੜੇ ਬੰਗਾ ਤੋਂ ਆਲਰੇਡੀ ਸਿਟਿੰਗ MLA ਆ, ਡਾਕਟਰ ਸੁਖਿੰਦਰ ਕੁਮਾਰ ਸੁਖੀ। ਇਹ ਤੁਹਾਨੂੰ ਮੈਂ ਦੱਸਦਾ, ਮੇਰੀ ਜਦੋਂ ਉਹਨਾਂ ਦੀ ਅਨਾਊਂਸਮੈਂਟ ਹੋਣੀ ਸੀ ਹਜੇ, ਉਸ ਤੋਂ ਪਹਿਲਾਂ ਵੀ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ, ਹਾਲਾਂਕਿ ਉਹਨਾਂ ਨੇ ਕੋਈ ਸਪਸ਼ਟ ਰੂਪ ਦੇ ਵਿੱਚ ਤਾਂ ਨਹੀਂ ਕਿਹਾ, ਪਰ ਬਹੁਤ ਜ਼ਿਆਦਾ ਦਿਲਚਸਪੀ ਉਹਨਾਂ ਦੀ ਲੱਗ ਨਹੀਂ ਸੀ ਰਹੀ। ਕਿਉਂਕਿ ਕਾਰਨ ਇਹ ਆ ਕਿ ਜਦੋਂ ਤੁਸੀਂ ਆਲਰੇਡੀ, ਕਿਉਂਕਿ ਇਹ ਦੂਸਰੀ ਵਾਰੀ MLA ਨੇ ਬੰਗਾ ਤੋਂ, ਔਰ ਤੁਸੀਂ ਆਲਰੇਡੀ ਇੱਕ ਕੌਂਸਟੀਚੁਐਂਸੀ ਦੇ ਵਿੱਚ ਕਿਸੇ ਅਸੈਂਬਲੀ ਸੈਗਮੈਂਟ ਦੇ ਵਿੱਚ ਆਪਣਾ ਆਲਰੇਡੀ ਸਹਿਯੋਗ ਦੇ ਰਹੇ ਹੋ, ਉੱਥੇ ਲੋਕਾਂ ਦੇ ਨਾਲ ਮਿਲ ਕੇ ਕੰਮ ਕਾਰ ਕਰਵਾ ਰਹੇ ਹੋ, ਤੇ ਅਚਾਨਕ ਤੁਹਾਡੇ ਤੇ ਜ਼ਿੰਮੇਵਾਰੀ ਪੈ ਜੇ
ਔਰ ਜਿਹੜੀ ਕਿ 6 ਮਹੀਨਿਆਂ ਲਈ ਹੋਵੇ, ਮੈਨੂੰ ਲੱਗਦਾ ਕਿ ਇਹਦੇ ਲਈ ਜ਼ਿਆਦਾਤਰ ਤਿਆਰ ਨਹੀਂ ਸੀ। ਆਮ ਆਦਮੀ ਪਾਰਟੀ ਦਾ ਵੀ ਇਹੀ ਕਿੱਸਾ, ਉਹਨਾਂ ਨੂੰ ਵੀ ਕੈਂਡੀਡੇਟ ਬਾਹਰੋਂ ਲੈ ਕੇ ਆਉਣਾ ਪਿਆ, ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੂੰ ਆਪਣਾ ਅਫੀਸ਼ੀਅਲ ਕੈਂਡੀਡੇਟ ਬਣਾ ਦਿੱਤਾ। ਦੂਸਰੇ ਪਾਸੇ ਤੁਸੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੀ ਉਹ ਪਾਰਟੀ, ਇਹਨਾਂ ਦੀ ਅਗਵਾਈ ਦੇ ਵਿੱਚ ਹੀ ਪਾਰਟੀ ਚੱਲਦੀ ਆ, ਇਹਨਾਂ ਨੇ ਵੀ ਆਪਣੇ ਕੈਂਡੀਡੇਟ ਦਾ ਐਲਾਨ ਕਰਤਾ। ਗੁਰਜੰਟ ਸਿੰਘ ਕੁੰਡੂ ਇਹਨਾਂ ਦਾ ਨਾਮ ਆ, ਗੁਰਜੰਟ ਸਿੰਘ ਕੁੱਟੂ ਜਿਹੜੇ ਆ ਇਹਨਾਂ ਦੇ ਨਿੱਜੀ ਸਕੱਤਰ ਨੇ, ਉਹਨਾਂ ਨੂੰ ਉੱਥੋਂ ਇਹਨਾਂ ਨੇ ਐਲਾਨ ਦਿੱਤਾ। ਪੁੱਛਿਆ ਵੀ ਕੁਛ ਪੱਤਰਕਾਰਾਂ ਨੇ ਕਿ ਤੁਸੀਂ ਇਸ ਇਲੈਕਸ਼ਨ ਨੂੰ ਸੀਰੀਅਸਲੀ ਲੜੋਂਗੇ, ਤੇ ਉਹਨਾਂ ਨੇ ਕਹਿੰਦੇ ਜੀ ਅਸੀਂ ਪੂਰਾ ਜ਼ੋਰ ਲਾਵਾਂਗੇ, ਸੰਗਰੂਰ ਦੀ ਇਲੈਕਸ਼ਨ ਅਸੀਂ ਜਿੱਤੀ ਆ ਔਰ ਇੱਥੇ ਵੀ ਅਸੀਂ ਵੱਧ ਤੋਂ ਵੱਧ ਵੋਟਾਂ ਨਾਲ ਦੂਜੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਹਰਾਵਾਂਗੇ। ਦਾਅਵੇ ਸਾਰਿਆਂ ਦੇ ਹੋ ਸਕਦੇ ਆ, ਹਾਂ ਇਸ ਸਾਰੀ ਕਵਾਇਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਿਤੇ ਪਿਛੜਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਆਪਾਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਚਰਨਜੀਤ ਸਿੰਘ ਅਟਵਾਲ ਦੇ ਮੁੰਡੇ ਨੂੰ ਇਹ ਲੈ ਗਏ ਸੀ, ਉਹਨਾਂ ਨੂੰ ਜੁਆਇਨ ਕਰਵਾ ਲਿਆ ਸੀ ਇੰਦਰ ਇਕਬਾਲ ਸਿੰਘ ਨੂੰ, ਪਰ ਹਜੇ ਤੱਕ ਕੈਂਡੀਡੇਟ ਕੋਈ ਨਹੀਂ ਅਨਾਊਂਸ ਕੀਤਾ ਗਿਆ। ਹੋ ਸਕਦਾ ਅੱਜ ਜਾਂ ਕੱਲ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਆਪਣੇ ਕੈਂਡੀਡੇਟ ਦਾ ਅਨਾਊਂਸਮੈਂਟ ਕਰ ਦੇ। ਜੀ ਵਾਸੂ ਜੀ। ਮਨਪ੍ਰੀਤ ਜੀ, ਹੁਣ ਤੁਸੀਂ ਕੱਲ੍ਹ ਦੱਸ ਰਹੇ ਸੀ ਕਿ ਪੰਜਾਬ ਵਿਜੀਲੈਂਸ ਵੱਲੋਂ ਬ੍ਰਹਮ ਮਹਿੰਦਰਾ ਨਾਲ ਪੁੱਛਗਿੱਛ ਕੀਤੀ ਗਈ ਹੈ ਤੇ ਤੁਸੀਂ ਜ਼ਿਕਰ ਕੀਤਾ ਸੀ ਵੀ ਹੁਣ ਚਰਨਜੀਤ ਚੰਨੀ ਦਾ ਵੀ ਜਲਦ ਨੰਬਰ ਲੱਗ ਸਕਦਾ ਤੇ ਉਹ ਨੰਬਰ ਲੱਗ ਗਿਆ। ਬਿਲਕੁਲ ਲੱਗ ਗਿਆ। ਦੇਖੋ ਵਾਸੂ ਜੀ, ਅੱਜ ਕੁਛ ਅਖਬਾਰਾਂ ਦੇ ਵਿੱਚ ਮੈਂ ਖਬਰ ਪੜ੍ਹ ਰਿਹਾ ਸੀ, ਸ਼ਾਇਦ ਉਹਨਾਂ ਨੇ ਪੁਸ਼ਟੀ ਕਰਨ ਦੀ ਖਬਰ ਦੀ ਥੋੜੀ ਜ਼ਿੰਮਤ ਨਹੀਂ ਉਠਾਈ, ਪਰ ਮੈਂ ਗੱਲ ਕੀਤੀ ਹੈ ਵਿਜੀਲੈਂਸ ਬਿਊਰੋ ਦੇ ਚੀਫ ਦੇ ਨਾਲ। ਉਹ ਅਖਬਾਰਾਂ ਦੇ ਵਿੱਚ ਲਿਖਿਆ ਹੋਇਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਜਿਹੜੇ 111 ਦਿਨ ਮੁੱਖ ਮੰਤਰੀ ਰਹੇ ਨੇ, ਉਹਨਾਂ ਨੂੰ ਅੱਜ ਦੀ ਤਰੀਕ ਯਾਨੀ ਕਿ 12 ਅਪ੍ਰੈਲ ਨੂੰ ਬੁਲਾਇਆ ਗਿਆ। ਪਰ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਦਰਖਾਸਤ ਕੀਤੀ ਸੀ ਵਿਜੀਲੈਂਸ ਬਿਊਰੋ ਨੂੰ ਔਰ ਉਹਨਾਂ ਨੂੰ ਅਪੀਲ ਇਹ ਕੀਤੀ ਸੀ ਕਿ ਮੈਨੂੰ 20 ਅਪ੍ਰੈਲ ਨੂੰ ਬੁਲਾਇਆ ਜਾਵੇ। ਚਰਨਜੀਤ ਸਿੰਘ ਚੰਨੀ ਨੂੰ ਹੁਣ 20 ਅਪ੍ਰੈਲ ਨੂੰ ਬੁਲਾਇਆ ਜਾਏਗਾ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਉਹਨਾਂ ਦੇ ਜਾਇਦਾਦਾਂ ਦੇ ਮਾਮਲੇ ਦੇ ਵਿੱਚ, ਉਹਨਾਂ ਦੇ ਬੈਂਕ ਖਾਤਿਆਂ ਨੂੰ ਲੈ ਕੇ ਇਹ ਸਾਰਾ ਕੁਝ ਪੁੱਛਿਆ ਜਾਏਗਾ ਕਿ ਉਹਨਾਂ ਦੇ ਜਿਹੜੇ ਸਰੋਤ ਨੇ ਇਨਕਮ ਦੇ, ਉਸ ਦੇ ਨਾਲ ਉਹਨਾਂ ਦੀਆਂ ਪ੍ਰਾਪਰਟੀਜ਼ ਮੈਚ ਕਰਦੀਆਂ ਨੇ ਜਾਂ ਵੱਧ ਨੇ ਜਾਂ ਘੱਟ ਨੇ, ਇਹ ਸਾਰਾ ਕੁਝ ਦੇਖਿਆ ਜਾਏਗਾ। ਪਰ ਇਸ ਦੌਰਾਨ ਇੱਕ ਪੋਲਿਟਿਕਸ ਇਸ ਤੇ ਜ਼ਰੂਰ ਸ਼ੁਰੂ ਹੋ ਗਈ ਆ। ਕੱਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਤੋਂ, ਔਰ ਇਸੇ ਤਰ੍ਹਾਂ ਅਪੋਜੀਸ਼ਨ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਇਲਜ਼ਾਮ ਲਾਏ ਨੇ ਪੰਜਾਬ ਸਰਕਾਰ ਤੇ। ਉਹਨਾਂ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਨੂੰ ਪੰਜਾਬ ਦੇ ਵਿੱਚ ਇਸ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਜਿਵੇਂ ਕੇਂਦਰ ਆਪਣੀਆਂ ਏਜੰਸੀਜ਼ ED ਹੋਈ, CBI ਹੋਈ, IP ਹੋਈ, ਇਹਨਾਂ ਏਜੰਸੀਜ਼ ਨੂੰ ਇਸਤੇਮਾਲ ਕਰਦਾ। ਉਹਨਾਂ ਨੇ ਉਦਾਹਰਣ ਦਿੱਤੀ ਚਰਨਜੀਤ ਸਿੰਘ ਚੰਨੀ ਦੀ ਵੀ, ਇਸੇ ਤਰ੍ਹਾਂ ਉਹਨਾਂ ਨੇ ਬ੍ਰਹਮ ਮਹਿੰਦਰਾ ਦੀ, ਵਿਜੇਇੰਦਰ ਸਿੰਗਲਾ ਦੀ ਵੀ, ਕਿ ਇਹਨਾਂ ਤਮਾਮ ਲੋਕਾਂ ਨੂੰ ਉਸ ਵਕਤ ਬੁਲਾਇਆ ਜਾ ਰਿਹਾ ਜਦੋਂ ਜਲੰਧਰ ਦੀ ਜਿਮਨੀ ਚੋਣ ਅਨਾਊਂਸ ਹੋ ਗਈ ਆ, ਉਹਦੀ ਕੈਂਪੇਨ ਚੱਲ ਰਹੀ ਹੈ, ਚੋਣ ਪ੍ਰਚਾਰ ਚੱਲ ਰਿਹਾ। ਇਸ ਕਰਕੇ ਕਾਂਗਰਸ ਦੇ ਚੋਣ ਪ੍ਰਚਾਰ ਨੂੰ ਕਿਤੇ ਨਾ ਕਿਤੇ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਉਹਨਾਂ ਦਾ ਇਲਜ਼ਾਮ। ਖੈਰ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਕਿਹੜੇ ਪਾਸੇ ਚੱਲਦਾ। ਇੱਕ ਤੁਹਾਨੂੰ ਸੂਚਨਾ ਹੋਰ ਦਿੰਦਾ ਜਿਹੜੀ ਕਾਫੀ ਦਿਲਚਸਪ ਹੋ ਸਕਦੀ ਆ ਸਾਨੂੰ ਜਿਹੜੇ ਦੇਖਣ ਵਾਲੇ ਨੇ, ਸੁਣਨ ਵਾਲੇ ਨੇ, ਕਿ ਭਾਰਤਿੰਦਰ ਸਿੰਘ ਚਾਹਲ, ਆਪਾਂ ਅਕਸਰ ਉਹਨਾਂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਹੁਣ 8ਵੀਂ ਵਾਰ ਇੱਕ ਵਾਰੀ ਫੇਰ ਪੰਜਾਬ ਵਿਜੀਲੈਂਸ ਬਿਊਰੋ ਨੇ ਨੋਟਿਸ ਜਾਰੀ ਕਰਤਾ ਕਿ ਤੁਸੀਂ ਪੇਸ਼ ਹੋ। ਇੱਕ ਵਿਅਕਤੀ ਜਿਹਨੂੰ ਬਾਰ ਬਾਰ ਨੋਟਿਸ ਦੇ ਕੇ ਕਿਹਾ ਜਾਂਦਾ ਕਿ ਪੇਸ਼ ਹੋਣ ਲਈ, ਪਰ ਕੋਈ ਉਹ ਜਵਾਬ ਨਹੀਂ ਦਿੰਦਾ, ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸਫਾਈ ਦਿੰਦਾ, ਸਪਸ਼ਟੀਕਰਨ ਦਿੰਦਾ, ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੀ ਗੱਲ ਆ। ਦੇਖਦੇ ਹਾਂ ਕਿ ਇਸ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਵਿਜੀਲੈਂਸ ਬਿਊਰੋ ਹੁਣ ਕੀ ਐਕਸ਼ਨ ਲੈਂਦੀ ਆ ਭਾਰਤਿੰਦਰ ਸਿੰਘ ਚਾਹਲ ਤੇ ਜੇ ਉਹ 18 ਅਪ੍ਰੈਲ ਨੂੰ ਪੇਸ਼ ਨਹੀਂ ਹੁੰਦੇ। ਜੀ ਵਾਸੂ ਜੀ। ਮਨਪ੍ਰੀਤ ਜੀ, 1984 ਦੇ ਸਿੱਖ ਕਤਲੇਆਮ ਦੇ ਸੰਬੰਧ ਵਿੱਚ CBI ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ, ਉਸ ਮਾਮਲੇ ਵਿੱਚ ਜਗਦੀਸ਼ ਟਾਈਟਲਰ ਦੇ ਵੌਇਸ ਸੈਂਪਲਸ ਲਏ ਗਏ ਨੇ। ਬਿਲਕੁਲ। ਦੇਖੋ ਵਾਸੂ ਜੀ, ਸਭ ਤੋਂ ਪਹਿਲਾਂ ਤਾਂ ਕਿਸੇ ਵੀ ਜਮਹੂਰੀਅਤ ਦੇ ਵਿੱਚ, ਕਿਸੇ ਵੀ ਲੋਕਤੰਤਰ ਦੇ ਵਿੱਚ ਇੱਕ ਸ਼ਰਮਨਾਕ ਗੱਲ ਹੋਣੀ ਚਾਹੀਦੀ ਆ ਕਿ 39 ਸਾਲਾਂ ਬਾਅਦ ਵੀ ਲੋਕ ਇਨਸਾਫ ਲਈ ਭੱਜ ਰਹੇ ਨੇ, ਏਜੰਸੀਜ਼ ਹਜੇ ਵੀ ਆਪਣਾ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਕਦੇ ਕਰ ਲੈਂਦੇ ਨੇ, ਕਦੇ ਫਿਰ ਬੈਕਫੁੱਟ ਤੇ ਚਲੇ ਜਾਂਦੇ ਨੇ। ਜਗਦੀਸ਼ ਟਾਈਟਲਰ ਕਾਂਗਰਸ ਦੇ ਆਗੂ ਨੇ, ਉਹਨਾਂ ਦੇ ਲੀਡਰ ਨੇ, ਇਹਨਾਂ ਦਾ ਨਾਮ ਉਹਨਾਂ 1984 ਦੇ ਕਤਲੇਆਮ, ਜੈਨੋਸਾਈਡ, ਦੰਗੇ, ਜਿਹੜਾ ਜੋ ਕੁਛ ਵੀ ਇਹਨੂੰ ਨਾਮ ਦੇ ਲਓ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ, ਉੱਥੇ ਸਟੇਟ ਅਸੈਂਬਲੀ ਨੇ ਤਾਂ ਹੁਣ ਇੱਕ ਰੈਜੋਲੂਸ਼ਨ ਪਾਸ ਕੀਤਾ ਕੈਲੀਫੋਰਨੀਆ ਤੇ ਕਿ ਇਸ ਨੂੰ ਜੈਨੋਸਾਈਡ ਕਿਹਾ ਜਾਵੇ, ਔਰ US ਕਾਂਗਰਸ ਨੂੰ ਇੱਕ ਤਰ੍ਹਾਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਤੁਸੀਂ ਇਹਨੂੰ ਉੱਥੇ ਲੈ ਕੇ ਜਾਓ, ਯਾਨੀ ਕਿ ਉੱਥੋਂ ਦਾ ਫੈਡਰਲ ਇਸ਼ੂ ਬਣੇ। ਪਰ ਹੁਣ ਉਹਨੇ ਇਸ ਜਗਦੀਸ਼ ਟਾਈਟਲਰ ਤੇ, ਜਗਦੀਸ਼ ਟਾਈਟਲਰ ਦਾ ਇਹ ਕਿਹਾ ਜਾਂਦਾ ਕਿ 1984 ਇੱਕ ਨਵੰਬਰ ਨੂੰ ਉੱਥੇ ਇੱਕ ਜਗ੍ਹਾ ਹੈ ਪੁਲ ਬੰਗਸ਼, ਉੱਥੇ 3 ਵਿਅਕਤੀਆਂ ਨੂੰ ਮਾਰ ਦਿੱਤਾ ਜਾਂਦਾ, ਕਤਲ ਕਰ ਦਿੱਤਾ ਜਾਂਦਾ, ਉਹਦੇ ਵਿੱਚ ਜਗਦੀਸ਼ ਟਾਈਟਲਰ ਦਾ ਕਥਿਤ ਤੌਰ ਤੇ ਇਹਨਾਂ ਦਾ ਹੱਥ ਆ। ਪਿਛਲੇ ਦਿਨਾਂ ਦੇ ਵਿੱਚ ਦਰਅਸਲ ਇੱਕ ਵੀਡੀਓ ਆਈ ਸੀ
ਉਹ ਵੀਡੀਓ ਮਨਜੀਤ ਸਿੰਘ ਜੀ ਕੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸੀ ਸਾਬਕਾ, ਉਹਨਾਂ ਕੋਲੇ ਵੀਡੀਓ ਆਈ ਤੇ ਉਹ ਵੀਡੀਓ ਉਹਨਾਂ ਨੇ ਸੀਬੀਆਈ ਨੂੰ ਅੱਗੇ ਦੇ ਦਿੱਤੀ। ਸੀਬੀਆਈ ਨੇ ਕਈ ਵਾਰੀ ਇਸ ਕੇਸ ਨੂੰ ਇਹ ਕਹਿਤਾ ਕਿ ਇਹਦੇ ਵਿੱਚ ਕੁਛ ਨਹੀਂ ਹੈ, ਇਸ ਕੇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਕਲੋਜ਼ਰ ਰਿਪੋਰਟ ਦੇਤੀ। ਪਰ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਕੱਲ ਬੁਲਾਇਆ ਗਿਆ ਜਗਦੀਸ਼ ਟਾਈਟਲਰ ਨੂੰ, ਔਰ ਉੱਥੇ ਉਹਨਾਂ ਦੇ ਵਾਇਸ ਸੈਂਪਲ ਲਿੱਤੇ ਗਏ ਨੇ, ਉਹਨਾਂ ਦੇ ਆਵਾਜ਼ ਦੇ ਸੈਂਪਲ ਲਏ ਗਏ ਨੇ, ਕਿਉਂਕਿ ਉਸ ਵੀਡੀਓ ਦੇ ਵਿੱਚ ਕਥਿਤ ਤੌਰ ਤੇ ਉਹਨਾਂ ਨੂੰ ਕਹਿੰਦੇ ਹੋਏ ਸੁਣਿਆ ਗਿਆ ਕਿ ਆਓ ਇਹਨਾਂ ਦਾ ਕਤਲ ਕਰੋ। ਸੋ ਦੇਖਦੇ ਆ ਕਿ ਵੀਡੀਓ ਸਹੀ ਆ ਕਿ ਉਹਨਾਂ ਦਾ ਵਾਇਸ ਸੈਂਪਲ ਆ। ਪਰ ਗੱਲ ਉੱਥੇ ਆਉਂਦੀ ਆ ਵਾਸੂ ਜੀ, 40-40 ਸਾਲ ਹੋ ਜਾਂਦੇ ਨੇ ਇਨਸਾਫ ਦੀ ਮੰਗ ਕਰਦੇ, ਜਦੋਂ ਇਨਸਾਫ ਨਹੀਂ ਮਿਲਦਾ ਤੇ ਫਿਰ ਵਾਕਿਆ ਲੋਕਤੰਤਰ ਤੇ ਜਾਂ ਡੈਮੋਕਰੇਸੀ ਤੇ ਭਰੋਸਾ ਜ਼ਰੂਰ ਲੋਕਾਂ ਦਾ ਹਿਲਦਾ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਜਿਹੜਾ ਇੱਕ ਵਿਵਾਦ ਛਿੜਿਆ, ਉਹ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚਿਆ ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਣਾ ਸੀ, ਪਰ ਉਹ ਫੈਸਲਾ ਉਹਨਾਂ ਨੇ ਰਾਖਵਾਂ ਰੱਖ ਲਿਆ। ਇਹ ਬੜਾ ਇੰਟਰਸਟਿੰਗ ਤੇ ਦਿਲਚਸਪ ਕੇਸ ਆ ਵਾਸੂ ਜੀ। ਦਰਅਸਲ ਸੰਨ 2009 ਦੇ ਵਿੱਚ ਬਲਵੰਤ ਸਿੰਘ ਖੇੜਾ ਨੇ, ਬਲਵੰਤ ਸਿੰਘ ਖੇੜਾ ਹੁਸ਼ਿਆਰਪੁਰ ਤੋਂ ਆਉਂਦੇ ਨੇ, ਇਸ ਵਕਤ ਉਹਨਾਂ ਦੀ ਕਾਫੀ ਵੱਡੀ ਉਮਰ ਹੋ ਗਈ ਹੈ, ਔਰ ਸੋਸ਼ਲ ਐਕਟਿਵਿਸਟ ਨੇ, ਉਹਨਾਂ ਨੇ ਇੱਕ ਕੇਸ ਫਾਈਲ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ, ਇਹਨਾਂ ਦੇ ਦੋ ਸੰਵਿਧਾਨ ਨੇ, ਜਿਹੜਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਨੇ ਸੰਵਿਧਾਨ ਸਬਮਿਟ ਕਰਵਾਇਆ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਇੱਕ ਧਾਰਮਿਕ ਪਾਰਟੀ ਹਾਂ, ਅਸੀਂ ਇੱਕ ਪੰਥਕ ਪਾਰਟੀ ਹਾਂ, ਇਸ ਕਰਕੇ ਅਸੀਂ ਗੁਰਦੁਆਰਿਆਂ ਦੀਆਂ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈ ਸਕਦੇ ਹਾਂ, ਔਰ ਲੈਂਦੇ ਨੇ। ਦੂਸਰੇ ਪਾਸੇ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਸੰਵਿਧਾਨ ਸਬਮਿਟ ਕਰਵਾਇਆ, ਉਹਦੇ ਵਿੱਚ ਇਹੀ ਪਾਰਟੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਰਿਹਾ ਕਿ ਅਸੀਂ ਇੱਕ ਸੈਕੂਲਰ ਪਾਰਟੀ ਹਾਂ, ਅਸੀਂ ਧਰਮ ਨਿਰਪੱਖ ਪਾਰਟੀ ਹਾਂ। ਉਹ ਕਹਿੰਦੇ ਵੀ ਇਹਦੇ ਨਾਲ ਜੋ ਉਹਨਾਂ ਦਾ ਦਾਅਵਾ ਸੀ ਆਪਣੀ ਅਰਜ਼ੀ ਦੇ ਵਿੱਚ, ਉਹ ਝੂਠ ਬੋਲ ਰਹੇ ਨੇ, ਫੋਰਜਰੀ ਦਾ ਕੇਸ ਆ, ਚੀਟਿੰਗ ਦਾ ਕੇਸ ਆ। ਇਹ ਮਾਮਲਾ ਦਰਅਸਲ ਹੁਸ਼ਿਆਰਪੁਰ ਟ੍ਰਾਇਲ ਕੋਰਟ ਦੇ ਵਿੱਚ ਚੱਲ ਰਿਹਾ ਸੀ। ਇਸ ਟ੍ਰਾਇਲ ਨੂੰ ਰੋਕਣ ਲਈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਦਿਲਜੀਤ ਸਿੰਘ ਚੀਮਾ, ਇਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ, ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਉੱਤੇ ਰੋਕ ਨਹੀਂ ਲਾਈ। ਇਸ ਕਰਕੇ ਬਾਦਲਾਂ ਨੂੰ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ, ਸੁਖਬੀਰ ਸਿੰਘ ਬਾਦਲ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਹਾਲਾਂਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ, ਹਾਲਾਂਕਿ ਫੈਸਲਾ ਨਹੀਂ ਦਿੱਤਾ, ਉਹ ਕਹਿੰਦੇ ਕੋਈ ਵੀ ਵਿਅਕਤੀ ਧਾਰਮਿਕ ਵੀ ਹੋ ਸਕਦਾ ਤੇ ਸੈਕੂਲਰ ਵੀ ਹੋ ਸਕਦਾ। ਦੂਸਰੇ ਪਾਸੇ ਬਲਵੰਤ ਸਿੰਘ ਖੇੜਾ ਦੇ ਜਿਹੜੇ ਵਕੀਲ ਸੀ ਪ੍ਰਸ਼ਾਂਤ ਭੂਸ਼ਣ, ਉਹ ਕਹਿੰਦੇ ਨਹੀਂ, ਇਹ ਦੋਨੇ ਵੱਖਰੀਆਂ ਵੱਖਰੀਆਂ ਗੱਲਾਂ। ਖੈਰ, ਫੈਸਲਾ ਰਾਖਵਾਂ ਰੱਖ ਲਿਆ ਗਿਆ, ਕੀ ਫੈਸਲਾ ਆਉਂਦਾ ਉਹ ਤਾਂ ਸਮਾਂ ਦੱਸੂਗਾ। ਪਰ ਹਾਂ, ਉਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਤੇ ਤਲਵਾਰ ਜਿਹੜੀ ਆ ਉਹ ਜ਼ਰੂਰ ਲਟਕਦੀ ਰਹੇਗੀ। ਜੀ ਵਾਸੂ ਜੀ। ਤੇ ਮੰਤਰੀ ਜੀ, ਪੰਜਾਬ ਦੇ ਵਿੱਚ ਕਣਕ ਦੀ ਖਰੀਦ ਸੰਬੰਧੀ ਜਿਹੜੇ ਨਿਯਮ ਨੇ, ਉਹਨਾਂ ਦੇ ਵਿੱਚ ਕਿਸੇ ਕਿਸਮ ਦੀ ਢਿੱਲ ਦਿੱਤੀ ਗਈ ਹੈ ਹੁਣ ਕੇਂਦਰ ਸਰਕਾਰ ਵੱਲੋਂ? ਬਿਲਕੁਲ, ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜੋ ਮੌਸਮ ਦਾ ਹਾਲ ਸੀ, ਮੀਂਹ ਪਏ, ਗੜੇ ਪਏ, ਉਹਦੇ ਨਾਲ ਫਸਲਾਂ ਦਾ, ਖਾਸ ਤੌਰ ਤੇ ਕਣਕ ਦੀ ਫਸਲ ਦਾ ਬਹੁਤ ਭਾਰੀ ਨੁਕਸਾਨ ਹੋਇਆ, ਔਰ ਪੂਰੇ ਪੰਜਾਬ ਦੇ ਵਿੱਚ ਹੋਇਆ। ਇਹਦੀਆਂ ਪੰਜਾਬ ਸਰਕਾਰ ਨੇ ਤਾਂ ਗਦੌਰੀਆਂ ਦੇ ਆਰਡਰ ਦਿੱਤੇ ਸੀ, ਗਿਰਦਾਵਰੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਕਿ ਕੰਪਨਸੇਸ਼ਨ ਫਾਰਮਰਸ ਨੂੰ ਦਿੱਤੀ ਜਾ ਸਕੇ, ਔਰ 13 ਅਪ੍ਰੈਲ ਤੋਂ ਯਾਨੀ ਕਿ ਕੱਲ ਤੋਂ ਉਹਨਾਂ ਨੂੰ ਕੰਪਨਸੇਸ਼ਨ ਚੈੱਕਸ ਜਿਹੜੇ ਆ ਉਹ ਵੰਡੇ ਵੀ ਜਾਣਗੇ। ਖੈਰ, ਇਹ ਇੱਕ ਅਲੱਗ ਮਸਲਾ, ਪਰ ਇਸ ਦੌਰਾਨ ਆਪਾਂ ਨੂੰ ਇਹ ਵੀ ਪਤਾ ਕਿ ਕੇਂਦਰ ਸਰਕਾਰ ਵੀ ਕਣਕ ਦੀ ਖਰੀਦ ਕਰਦੀ ਆ ਮਿਨੀਮਮ ਸਪੋਰਟ ਪ੍ਰਾਈਸ ਦੇ ਕੇ, ਜਿਹੜਾ ਕਿ ਇਸ ਟਾਈਮ 2125 ਰੁਪਏ ਪ੍ਰਤੀ ਕੁਇੰਟਲ ਆ। ਹੁਣ ਕੇਂਦਰ ਤੋਂ ਜਦੋਂ ਤੋਂ ਮੰਗ ਚੱਲ ਰਹੀ ਆ ਪੰਜਾਬ ਸਰਕਾਰ ਦੀ, ਉਹਨਾਂ ਨੂੰ ਪਤਾ ਕਿ ਇਹਦੇ ਨਾਲ ਬਹੁਤ ਭਾਰੀ ਮੁਸ਼ਕਲ ਆਏਗੀ। ਫਸਲਾਂ ਜਦੋਂ ਨਹੀਂ ਵਿਕਣਗੀਆਂ ਤਾਂ ਜਿਹੜੇ ਕਿਸਾਨ ਨੇ ਉਹ ਸੜਕਾਂ ਤੇ ਆ ਜਾਣਗੇ ਤੇ ਉਹਨਾਂ ਦੇ ਵਿੱਚ ਵੀ ਕਾਫੀ ਭਾਰੀ ਰੋਸ ਪਾਇਆ ਜਾਊਗਾ। ਕੇਂਦਰ ਨੇ ਇੱਕ ਤਰ੍ਹਾਂ ਨਾਲ ਥੋੜੀ ਛੂਟ ਦਿੱਤੀ ਆ, ਪਰ ਨਾਲ ਦੀ ਨਾਲ ਪੈਸਿਆਂ ਦੀ ਕਟੌਤੀ ਦੀ ਵੀ ਗੱਲ ਕਹੀ ਆ। ਉਹ ਕਹਿੰਦੇ 6% ਤੱਕ ਜੇ ਇਸ ਕਣਕ ਦੇ ਦਾਣਿਆਂ ਦੇ ਵਿੱਚ ਨਮੀ ਆ ਉਹ ਤਾਂ ਠੀਕ ਆ, ਉਹ ਅਸੀਂ ਖਰੀਦ ਲਾਂਗੇ, ਪਰ ਜੇ 6-8% ਤੱਕ ਆ ਫਿਰ 5 ਰੁਪਏ ਤੇ 51 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਉਸ ਭਾਅ ਦੇ ਵਿੱਚੋਂ ਕੱਟੇ ਜਾਣਗੇ, MSP ਦੇ ਵਿੱਚੋਂ ਕੱਟੇ ਜਾਣਗੇ। 8 ਤੋਂ 10 ਹੋਏਗਾ ਤਾਂ 10 ਰੁਪਏ 62 ਪੈਸੇ, 10 ਤੋਂ 12 ਹੋਏਗਾ ਤਾਂ 15 ਰੁਪਏ 93 ਪੈਸੇ। ਇਸ ਤਰ੍ਹਾਂ ਕਰਦੇ ਕਰਦੇ ਜੇ 16-18% ਤੱਕ ਆ ਤੇ 31 ਰੁਪਏ 87 ਪੈਸੇ ਤੱਕ ਦਾ ਨੁਕਸਾਨ ਕਿਸੇ ਵੀ ਕਿਸਾਨ ਨੂੰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੋ ਸਕਦਾ ਆਪਣੀ MSP ਦੇ ਵਿੱਚ। ਸੋ ਕੋਸ਼ਿਸ਼ ਹੋ ਰਹੀ ਆ ਪੰਜਾਬ ਸਰਕਾਰ ਦੀ ਕਿ ਇਸ ਨੂੰ ਕਿਸੇ ਤਰ੍ਹਾਂ ਵੇਵ ਆਫ ਕਰ ਦਿੱਤਾ ਜਾਵੇ, ਪਰ ਦੇਖਦੇ ਹਾਂ। ਕੇਂਦਰ ਸਰਕਾਰ ਨੇ ਹਜੇ ਤੱਕ ਤਾਂ ਬਿਲਕੁਲ ਇਨਕਾਰ ਕਰਤਾ, ਉਹਨਾਂ ਨੇ ਮਨਾ ਕਰਤਾ। ਜੀ ਵਾਸੂ ਜੀ। ਮਨਪ੍ਰੀਤ ਜੀ, ਇਹਨਾਂ ਸਾਰੀਆਂ ਖਬਰਾਂ ਲਈ, ਇਸ ਸਾਰੇ ਐਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ। ਕੱਲ ਫਿਰ ਗੱਲਬਾਤ ਹੋਏਗੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ।